ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 ਜੁਲਾਈ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੈ ਟਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਹਾਂਜੀ ਜੇਕਰ ਅਸੀਂ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸਟੂਡੈਂਟਸ ਦੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਆਏ ਨੇ ਜਿਹੜੇ ਕਿ ਹਰਿਆਣਾ ਦੇ ਪੇਪਰ ਦੇ ਕੇ ਆਇਆ ਐ ਐਫਸੀਆਈ ਹਰਿਆਣਾ ਦਾ ਪੇਪਰ ਹੋਇਆ ਸੀ ਜਿਵੇਂ ਤੁਹਾਨੂੰ ਪਤਾ 3 ਜੁਲਾਈ ਨੂੰ ਤਾਂ ਬਹੁਤ ਸਾਰੇ ਸਟੂਡੈਂਟਸ ਨੇ ਕਮੈਂਟਸ ਦੇ ਵਿੱਚ ਦੱਸਿਆ ਕਿ ਉਹ ਕਰੰਟ ਅਫੇਅਰ ਦੇ ਵਿੱਚੋਂ ਪੇਪਰ ਬਹੁਤ ਜ਼ਿਆਦਾ ਆਇਆ ਸੀ ਤਾਂ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਕਰੰਟ ਅਫੇਅਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਆ ਤੇ ਕਰੰਟ ਅਫੇਅਰ ਹਮੇਸ਼ਾ ਹੀ ਐਗਜ਼ਾਮ ਦੇ ਵਿੱਚ ਸੈਂਟਰ ਲੈਵਲ ਦੀ ਪੁੱਛੀ ਜਾਂਦੀ ਆ ਤੇ ਅਸੀਂ ਜੋ ਕਰੰਟ ਅਫੇਅਰ ਕਰ ਰਹੇ ਹਾਂ ਇਹ ਸੈਂਟਰ ਲੈਵਲ ਦੀ ਹੀ ਆ ਇਸ ਕਰਕੇ ਤੁਸੀਂ ਕਰੰਟ ਅਫੇਅਰ ਨੂੰ ਡੇਲੀ 15 ਮਿੰਟ ਜ਼ਰੂਰ ਦਿਓ ਇਸ 15 ਮਿੰਟ ਦੇ ਨਾਲ ਤੁਹਾਡੀ ਨੌਲੇਜ ਦੇ ਵਿੱਚ ਕੀ ਇੰਕਰੀਮੈਂਟ ਹੋਇਆ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਰਜੋਤ ਸਿੰਘ ਬੈਂਸ ਕਿਸ ਰਾਜ ਦੇ ਨਵੇਂ ਸਿੱਖਿਆ ਮੰਤਰੀ ਬਣੇ ਹਾਂਜੀ ਹਰਜੋਤ ਸਿੰਘ ਬੈਂਸ ਪੰਜਾਬ ਰਾਜ ਦੇ ਨਵੇਂ ਸਿੱਖਿਆ ਮੰਤਰੀ ਬਣੇ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ ਪੰਜਾਬ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਹਰਜੋਤ ਸਿੰਘ ਬੈਂਸ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਪੰਜਾਬ ਦੇ ਸਿਹਤ ਮੰਤਰੀ ਕੌਣ ਬਣੇ ਆ ਪੰਜਾਬ ਦੇ ਨਵੇਂ ਸਿਹਤ ਮੰਤਰੀ ਬਣੇ ਆ ਚੇਤਨ ਸਿੰਘ ਜੋੜਾ ਮਾਜ਼ਰਾ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਚੇਤਨ ਸਿੰਘ ਜੋੜਾ ਮਾਜ਼ਰਾ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਕੌਣ ਬਣੇ ਆ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਬਣੇ ਆ ਅਨਮੋਲ ਗਗਨ ਮਾਨ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅਣਮੋਲ ਗਗਨਮਾਨ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਪੰਜਾਬ ਦੇ ਸਹਿਰੀ ਵਿਕਾਸ ਮੰਤਰਾਲੇ ਦੇ ਮੰਤਰੀ ਕੌਣ ਬਣੇ ਆ ਪੰਜਾਬ ਦੇ ਸਹਿਰੀ ਵਿਕਾਸ ਮੰਤਰਾਲੇ ਦੇ ਨਵੇਂ ਮੰਤਰੀ ਬਣੇ ਆ ਅਮਨ अरोड़ा ਤੇ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਮਨ अरोड़ा ਸਹਿਰੀ ਵਿਕਾਸ ਮੰਤਰਾਲੇ ਦੇ ਮੰਤਰੀ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਨਵੇਂ ਮੰਤਰੀ ਕੌਣ ਬਣੇ ਆ ਤਾਂ ਡਾਕਟਰ 인ਦਰबीर ਸਿੰਘ ਨਿਜ਼ਰ ਪੰਜਾਬ ਦੇ ਆ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਬਣੇ ਆ ਠੀਕ ਹੈ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਡਾਕਟਰ 인ਦਰਵੀਰ ਸਿੰਘ ਹਾਂਜੀ ਹੁਣ ਅਸੀਂ ਗੱਲ ਕੀਤੀ ਆ ਪੰਜਾਬ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੇ ਕੈਪੀਟਲ ਕੀ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਭਗਵੰਤ ਮਾਨ ਤੇ ਇੱਥੋਂ ਦੇ ਗਵਰਨਰ ਕੌਣ ਨੇ ਬਨਵਾਰੀ لال ਪ੍ਰੋਹਿਤ ਮਲੇਰਕੋਟਲਾ 23ਵਾਂ ਜ਼ਿਲ੍ਹਾ ਬਣਿਆ ਪੰਜਾਬ ਦਾ 14 ਮਈ 2021 ਨੂੰ Eid ਵਾਲੇ ਦਿਨ ਸੰਗਰੂਰ ਜ਼ਿਲ੍ਹੇ ਤੋਂ ਵੱਖ ਕਰਕੇ ਨਵਾਂ ਜ਼ਿਲ੍ਹਾ ਬਣਾਇਆ ਗਿਆ ਮਲੇਰਕੋਟਲਾ ਤੁਹਾਨੂੰ ਕੋਈ ਸ਼ਨੀ ਆ ਸਕਦਾ ਕਿ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਕਿਹੜੇ ਤਿਹਾੜ ਤੇ ਬਣਾਇਆ ਗਿਆ ਸੀ ਤਾਂ Eid ਵਾਲੇ ਦਿਨ ਬਣਾਇਆ ਗਿਆ ਸੀ 14 ਮਈ 2021 ਨੂੰ ਇਹ ਤੁਸੀ ਯਾਦ ਰੱਖਣਾ ਠੀਕ ਹੈ ਪੰਜਾਬ ਦੇ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਦੀਆਂ ਤਿੰਨ ਕਿਤਾਬਾਂ ਤੇ પ્રતિਬੰਧ ਲਗਾਇਆ ਉਹ ਕਿਹੜੀਆਂ-ਕਿਹੜੀਆਂ ਤਿੰਨ ਕਿਤਾਬਾਂ ਵਾ ਦੇਖੋ ਇਹਨਾਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤੋੜ-ਮੋੜ ਕੇ ਰਚਿਆ ਗਿਆ ਸੀ ਇਸ ਕਰਕੇ ਇਨਾ ਤਿੰਨਾ ਕਿਤਾਬਾਂ ਨੂੰ ਬੰਦ ਕਰ ਦਿੱਤਾ ਗਿਆ ਵਾ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਨੀ ਆ ਮਾਡਰਨ ਏ ਬੀ ਸੀ ਹਿਸਟਰੀ ਆਫ ਪੰਜਾਬ ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਬੁੱਕ ਆ ਇਹ ਇਸ ਤੇ ਬੈਨ ਲਗਾ ਦਿੱਤਾ ਗਿਆ ਹਿਸਟਰੀ ਆਫ ਪੰਜਾਬ ਪਲੱਸ 2 ਦੀ ਬੁੱਕ ਆ ਐਮ ਐਸ ਮਾਨ ਦੀ ਇਸ ਬੁੱਕ ਨੂੰ ਵੀ ਬੰਦ ਕਰ ਦਿੱਤਾ ਗਿਆ ਹਿਸਟਰੀ ਆਫ ਪੰਜਾਬ ਮਹਿੰਦਰਪਾਲ ਕੌਰ ਦੀ ਬੁੱਕ ਆ ਇਸ ਬੁੱਕ ਤੇ ਵੀ ਪ੍ਰਤੀਬੰਧ ਲਗਾਇਆ ਗਿਆ ਇੰਡੀਅਨ 에ਅਰ ਫੋਰਸ ਨੇ ਪਹਿਲੀ S400 ਮਿਸਾਈਲ ਪ੍ਰਣਾਲੀ ਦਾ ਪਹਿਲਾ ਸਕੁਆਡਨ ਪੰਜਾਬ ਵਿੱਚ ਤਾਇਨਾਤ ਕੀਤਾ। ਪੰਜਾਬ ਦੀ ਗਵਰਨਮੈਂਟ ਨੇ ਰਜਨ ਜਗਨਨਾਥ ਰਥ ਯਾਤਰਾ ਨੂੰ ਰਾਜ ਉਤਸਵ ਦਾ ਟੈਗ ਦਿੱਤਾ। ਭਾਰਤ ਦੇ ਪੰਜਾਬ ਰਾਜ ਦੇ ਵਿੱਚ ਸਭ ਤੋਂ ਵੱਧ ਔਨ ਦੇ ਕੱਪੜੇ ਦੇ ਕਾਰਖਾਨੇ ਆ ਤੁਸੀਂ ਯਾਦ ਰੱਖਣਾ। ਸਭ ਤੋਂ ਵੱਧ ਦੁੱਧ ਦਾ ਉਤਪਾਦਨ ਕਰਨ ਵਾਲਾ ਰਾਜ ਆ ਪੰਜਾਬ ਤੇ ਹਾਂਜੀ ਭਾਰਤ ਦੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਰਾਜਸਥਾਨ ਦੀ ਸੀਮਾ ਪਾਕਿਆ ਪੰਜਾਬ ਦੇ ਨਾਲ ਲੱਗਦੀ ਆ ਇਸ ਤੋਂ ਇਲਾਵਾ ਤੁਹਾਨੂੰ ਕੁਐਸਚਨ ਆ ਸਕਦਾ ਕਿ ਕਿਹੜੇ ਦੇਸ਼ ਦੀ ਹੱਦ ਪੰਜਾਬ ਦੇ ਨਾਲ ਲੱਗਦੀ ਆ ਹਾਂਜੀ ਪੰਜਾਬ ਦੇ ਨਾਲ ਕਿਹੜੇ ਦੇਸ਼ ਦੀ ਹੱਦ ਲੱਗਦੀ ਆ ਸਿਰਫ ਤੇ ਸਿਰਫ ਇੱਕ ਦੇਸ਼ ਦੀ ਹੱਦ ਲੱਗਦੀ ਆ ਪਾਕਿਸਤਾਨ ਦੀ ਇਹ ਤੁਸੀਂ ਯਾਦ ਰੱਖਣਾ ਵੈਰੀ ਇੰਪੋਰਟੈਂਟ ਕੁਐਸਚਨ ਹਾਂਜੀ ਸੁਖਜੀਤ ਮੈਗਾ ਫੂਡ پارک ਪੰਜਾਬ ਦੇ ਕਪੂਰਥਲਾ ਦੇ ਵਿੱਚ ਬਣਿਆ ਸਮਾਰਟ ਰਾਸ਼ਨ ਕਾਰਡ ਸਕੀਮ ਪੰਜਾਬ ਦੇ ਵਿੱਚ ਸ਼ੁਰੂ ਹੋਈ ਮੇਰਾ ਘਰ ਮੇਰੀ ਯੋਜਨਾ ਪੰਜਾਬ ਦੇ ਵਿੱਚ ਸ਼ੁਰੂ ਹੋਈ ਸਪੋਰਟਸ ਯੂਨੀਵਰਸਿਟੀ ਬਣ ਰਹੀ ਆ ਪੰਜਾਬ ਦੇ ਪਟਿਆਲਾ ਦੇ ਵਿੱਚ ਰੋਪੜ ਝੀਲਾ ਪੰਜਾਬ ਦੇ ਪਟਿਆਲਾ ਪੰਜਾਬ ਦੇ ਵਿੱਚ ਠੀਕ ਹੈ ਤੇ ਇਹ ਦਾਖਲਾ ਪੋਰਟ ਸ਼ਿਕਾਇਤ ਦਰਜ ਕਰਨ ਦੇ ਲਈ ਲਾਂਚ ਕੀਤਾ ਗਿਆ ਪੰਜਾਬ ਦੇ ਵਿੱਚ ਬਸ਼ੇਰਾ ਯੋਜਨਾ ਝੁੱਗੀਆਂ ਝੋਪੜੀਆਂ ਵਾਲਿਆਂ ਦੇ ਲਈ ਆ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਇਹ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਆਜ਼ਾਦੀ ਕੁਲਾਟੀਏ ਅਲੂਰੀ ਸੀਤਾ RAM ਰਾਜ ਦੀ 125ਵੀਂ ਜਨਤੀ ਕਦੋਂ ਮਨਾਈ ਗਈ ਹਾਂਜੀ ਅਲੂਰੀ ਸੀਤਾ RAM ਇਨਾਂ ਦੀ 125ਵੀਂ ਜਨਤਿ ਮਨਾਈ ਗਈ ਆ ਇਹ ਇੱਕ ਸੁਤੰਤਰਤਾ ਸੈਨਾਨੀ ਸੀ ਤੇ ਇਨਾਂ ਦੀ 125ਵੀਂ ਜਨਤਿ 4 ਜੁਲਾਈ ਨੂੰ ਮਨਾਈ ਗਈ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ 22 ਅਗਸਤ 1922 ਦੇ ਵਿੱਚ ਚਿੰਤਾਪੱਲੀ ਪੁਲਿਸ ਸਟੇਸ਼ਨ ਤੇ ਇਨਾਂ ਨੇ 300 ਤੋਂ ਜ਼ਿਆਦਾ ਕ੍ਰਾਂਤੀਕਾਰੀਆਂ ਦੇ ਨਾਲ ਹਮਲਾ ਕੀਤਾ ਸੀ ਤੇ ਰੀਸੈਂਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿੱਚ 300 ਫੁੱਟ ਦੀ ਕਾਂਸੀ ਦੀ ਮੂਰਤੀ ਸਥਾਪਿਤ ਕੀਤੀ ਹੈ ਇਹਨਾਂ ਦੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੁਣ ਅਸੀਂ ਜੁਲਾਈ ਦੇ ਇੱਕ ਇੰਪੋਰਟੈਂਟ ਡੇ ਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹਾਂ ਤੁਹਾਨੂੰ ਕੱਲ ਹੀ ਮੈਂ ਕਰਵਾਇਆ ਕਿ 3 ਜੁਲਾਈ ਨੂੰ ਅੰਤਰਰਾਸ਼ਟਰੀ ਪਲਾਸਟਿਕ ਮੁਕਤ ਦਿਵਸ ਮਨਾਇਆ ਗਿਆ 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ ਮਨਾਇਆ ਗਿਆ 1 ਜੁਲਾਈ ਨੂੰ ਰਾਸ਼ਟਰੀ ਮੈਡੀਕਲ ਦਿਵਸ ਮਨਾਇਆ ਗਿਆ ਤੇ ਇਸ ਤੋਂ ਇਲਾਵਾ 2 ਜੁਲਾਈ ਨੂੰ ਹੀ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਵੀ ਮਨਾਇਆ ਗਿਆ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ 2022 ਮਲੇਸ਼ੀਆ ਓਪਨ ਪੁਰਸ਼ ਸਿੰਗਲ ਖਿਤਾਬ ਕਿਸ ਨੇ ਜਿੱਤਿਆ ਹਾਂ ਜੀ ਰੀਸੈਂਟਲੀ 2022 ਮਲੇਸ਼ੀਆ ਓਪਨ ਪੁਰਸ਼ ਸਿੰਗਲ ਖਿਤਾਬ ਜਿੱਤਿਆ ਵਾ ਵਿਕਟਰ ਐਕਸ ਐਕਸ ਲਸਨ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਇਹ ਡੈਨਮਾਰਕ ਦੇ ਹਾਂਜੀ ਤੁਹਾਨੂੰ ਰੀਸੈਂਟਲੀ ਮੈਂ ਕਰਵਾਇਆ ਸੀ ਕਿ ਪੁਰਸ਼ ਜੋਗਲ ਖਿਤਾਬ ਕਿਸ ਨੇ ਜਿੱਤਿਆ ਪੁਰਸ਼ ਜੋਗਲ ਖਿਤਾਬ ਜਪਾਨ ਦੇ ਤੱਕੁਰੂ ਹੋਕੀ ਅਤੇ ਯੂਗੂ ਕੁਵਾਸੀ ਨੇ ਜਿੱਤੇ ਆ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਕਿਸ ਨੇ ਹਾਲ ਹੀ ਵਿੱਚ ਮਾਈਕਰੋਸਾਫਟ ਪਾਰਟਨਰ ਆਫ ਦਿ ਇਅਰ ਅਵਾਰਡ 2022 ਪ੍ਰਾਪਤ ਕੀਤਾ ਹੈ ਹਾਂਜੀ ਮਾਈਕਰੋਸਾਫਟ ਪਾਰਟਨਰ ਆਫ ਦਿ ਇਅਰ ਅਵਾਰਡ 2022 ਪ੍ਰਾਪਤ ਕੀਤਾ ਐਚ ਸੀ ਐਲ ਟੈਕਨੋਲੋਜੀਜ਼ ਨੇ ਠੀਕ ਹੈ ਇੱਥੇ ਸਪੈਲਿੰਗ ਮਿਸਟੇਕ ਆ ਐਚ ਸੀ ਐਲ ਐਚ ਸੀ ਐਲ ਟੈਕਨੋਲੋਜੀਜ਼ ਹੋਣਾ ਠੀਕ ਹੈ HCL Technologies ਇਹਨਾਂ ਨੇ ਹੀ Microsoft Partner of the Year Award 2022 ਜਿੱਤੇ ਆ ਹੁਣ ਅਸੀਂ ਗੱਲ ਕੀਤੀ ਆ HCL Technologies ਦੀ ਇਸ ਦੀ ਸਥਾਪਨਾ ਕਦੋਂ ਹੋਈ ਸੀ 12 ਨਵੰਬਰ 1991 ਨੂੰ ਇਸ ਦਾ ਹੈੱਡਕੁਆਰਟਰ ਕਿੱਥੇ ਆ ਨੌਇਡਾ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ CEO ਕੌਣ ਨੇ ਸ਼੍ਰੀ ਵਿਜੇ ਕੁਮਾਰ ਕੌਣ ਨੇ ਸ਼੍ਰੀ ਵਿਜੇ ਕੁਮਾਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ हाल ही ਵਿੱਚ ਟਾਟਾ ਪਾਵਰ ਨੇ ਕਿਸ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਹਾਂਜੀ ਟਾਟਾ ਸਰਕਾਰ ਨੇ ਕਿਸ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਤਮਿਲਨਾਡੂ ਨਾਲ ਆਪਸ਼ਨ ਨੰਬਰ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸੋਰ ਸੇਲ ਮੋਡੂਲਰ ਨਿਰਮਾਣਿਕਾ ਸਥਾਪਿਤ ਕਰਨ ਦੇ ਲਈ ਟਾਟਾ ਪਾਵਰ ਨੇ ਤਾਮਿਲਨਾਡੂ ਗਵਰਨਮੈਂਟ ਦੇ ਨਾਲ ਸਮਝੌਤਾ ਕੀਤਾ ਹੁਣ ਸਮਝੌਤਾ ਤਾਮਿਲਨਾਡੂ ਨਾਲ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੀ ਕੈਪੀਟਲ ਕੀ ਹੈ ਚੇਨਈ ਇੱਥੋਂ ਦੇ ਚੀਫ ਮਿਨਿਸਟਰ ਐਮ ਕੇ ਸਟਾਲਿਨ ਤੇ ਇੱਥੋਂ ਦੇ ਗਵਰਨਰ ਆਰ ਐਨ ਰਵੀ ਤਾਮਿਲਨਾਡੂ ਦੇ ਵਿੱਚ ਉਲਟੀ ਝੀਲ ਹੈ ਬੈਰਜ਼ਾਮ ਝੀਲ ਹੈ ਕੋਡਾਈਕਨਲ ਝੀਲ ਹੈ ਚੈਬਰਮਮਕਮ ਝੀਲ ਹੈ ਸੱਤੇ ਮੰਗਲਮ ਟਾਈਗਰ ਰਿਜ਼ਰਵਾ ਤੇਸ ਨੂੰ ਰੀਸੈਂਟਲੀ ਟੀਐਕਸ2 ਦਾ ਪੁਰਸ਼ਕਾਰ ਮਿਲਿਆ ਕਿਉਂਕਿ ਇੱਥੇ ਬਾਗਾਂ ਦੀ ਆਬਾਦੀ ਦੁੱਗਣੀ ਹੋ ਗਈ ਆ ਮਛਲੀ ਦੇ ਉਤਪਾਦਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਨੰਬਰ 1 ਤੇ ਆ ਤਾਮਿਲਨਾਡੂ ਅਤੇ ਅੰਗਦਾਨ ਦੇ ਮਾਮਲੇ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਨੰਬਰ 1 ਤੇ ਆ ਤਾਮਿਲਨਾਡੂ ਅਦੀਪੁਰਮ ਤਿਹਾਰ ਤਾਮਿਲਨਾਡੂ ਦੇ ਵਿੱਚ ਮਨਾਇਆ ਜਾਂਦਾ ਵਾ ਮੀਨ ਮੀਨਦੂਮ ਮੰਜਪਈ ਯੋਜਨਾ ਤਾਮਿਲਨਾਡੂ ਦੇ ਵਿੱਚ ਸ਼ੁਰੂ ਹੋਈ ਹੈ ਪਲਾਸਟਿਕ ਥੈਲੇ ਦੀ ਜਗ੍ਹਾ ਕੱਪੜੇ ਦਾ ਥੈਲੇ ਇਸਤੇਮਾਲ ਕਰਨ ਦੇ ਲਈ ਸ਼ੁਰੂ ਹੋਈ ਇਨਾ ਤੁਸੀਂ ਯਾਦ ਰੱਖਣਾ ਤਾਮਿਲਨਾਡੂ ਦੇ ਬਾਰੇ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤੀ ਫੌਜ ਨੇ ਹਾਲ ਹੀ ਵਿੱਚ ਸੁਰੱਖਿਆ ਮੰਥਨ 2022 ਦਾ ਆਯੋਜਨ ਕਿੱਥੇ ਕੀਤਾ ਹੈ ਹਾਂਜੀ ਭਾਰਤੀ ਫੌਜ ਨੇ ਰੀਸੈਂਟਲੀ ਸੁਰੱਖਿਆ ਮੰਥਨ 2022 ਦਾ ਆਯੋਜਨ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਕੀਤਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿਚਕਾਰ ਬੈਕ ਚੈਨਲ ਗੱਲਬਾਤ ਦੀ ਅਗਵਾਈ ਕਰਨ ਵਾਲੇ ਸਤਿੰਦਰ ਲਾਬਾ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ। ਹਾਂਜੀ ਭਾਰਤ ਅਤੇ ਕਿਹੜੇ ਦੇਸ਼ ਦੇ ਵਿੱਚਕਾਰ ਬੈਕ ਚੈਨਲ ਗੱਲਬਾਤ ਦੀ ਅਗਵਾਈ ਕਰਨ ਵਾਲੇ ਸਤਿੰਦਰ ਲਾਂਬਾ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ? ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ A ਪਾਕਿਸਤਾਨ। ਇਹ ਤੁਸੀਂ ਯਾਦ ਰੱਖਣਾ। ਹਾਂਜੀ ਹੁਣ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ। ਪਾਕਿਸਤਾਨ ਦੀ ਕੈਪੀਟਲ ਕੀ ਆ? हां जी पाकिस्तान दी कैपिटल ਆ اسلامਾਬਾਦ ਇਥੋਂ ਦੀ ਕਰੰਸੀ ਆ ਪਾਕਿਸਤਾਨੀ ਰੁਪਇਆ ਇਥੋਂ ਦੇ ਪ੍ਰੈਜ਼ੀਡੈਂਟ ਆ ਆਰ ਐਫ ਅਲਬੀ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਸ਼ਾਹਬਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਨਲੀ ਫਲਾਈਨ ਬੋਲਦੇ ਆ ਸੇਮ ਐਜ਼ ਇਟ ਇਜ਼ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡਰੰਡ ਲਾਈਨ ਬੋਲਦੇ ਆ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਬੋਲਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਯੂਐਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਜਾਨੀ ਕਿ 49 ਸਮਾਨਾਂਤਰ ਭਾਰਤ ਦੇ ਰਾਜ ਗੁਜਰਾਤ ਰਾਜਸਥਾਨ ਪੰਜਾਬ ਰਾਜ ਦੀ ਸੀਮਾ ਪਾਕਿਸਤਾਨ ਦੇ ਨਾਲ ਲੱਗਦੀ ਹੈ ਭਾਰਤ ਪਾਕਿਸਤਾਨ ਭਾਰਤ ਦੇ ਪੱਛਮ ਦੇ ਵੱਲ ਸਥਿਤ ਹੈ ਤੁਸੀਂ ਯਾਦ ਰੱਖਣਾ ਨਸੀਮ ਸਾਹ ਟੈਸਟ ਦੇ ਵਿੱਚ ਹੈਟ੍ਰਿਕ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣੇ ਪਰਮਾਣੂ ਸਮਰੱਥਾ ਵਾਲੀ ਗਜ਼ਨਵੀ ਮਿਜ਼ਾਇਲ ਦਾ ਸਫਲ ਪ੍ਰੀਖਣ ਪਾਕਿਸਤਾਨ ਦੇ ਵਿੱਚ ਹੋਇਆ ਪਾਕਿਸਤਾਨ ਨੇ ਨਿਗਮ ਜੋਹਨ ਨੂੰ ਆਪਣੀ ਫੌਜ ਵਿੱਚ ਪਹਿਲੀ ਮਹਿਲਾ ਲੈਫਟੀਨੇਟ ਬਣਾਇਆ ਪਾਕਿਸਤਾਨ ਨੇ ਆਇਸਾ ਮੁਗਲ ਨੂੰ ਸੰਜੋਗ ਤਰਾਸ਼ਟਰ ਵਿੱਚ ਆਪਣੀ ਪ੍ਰਤੀਨਿਧੀ ਵਜੋਂ ਭੇਜਿਆ ਇੱਕ ਟ੍ਰਾਂਸ ਜੈਂਡਰ ਆ ਜਸਟਿਸ ਆਇਸਾ ਮਲਿਕ ਪਾਕਿਸਤਾਨ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣੀ ਪਾਕਿਸਤਾਨ ਨੇ ਬਾਬਰ ਕروز ਮਿਜ਼ਾਇਲ 1V ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਇਹਨਾਂ ਤੁਸੀਂ ਯਾਦ ਰੱਖਣਾ ਪਾਕਿਸਤਾਨ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਫੈਮੀਨਾ ਮਿਸ ਇੰਡੀਆ 2022 ਦਾ ਕਿਤਾਬ ਕਿਸ ਨੇ ਜਿੱਤਿਆ ਹਾਂਜੀ ਫੈਮੀਨਾ ਮਿਸ ਇੰਡੀਆ 2022 ਦਾ ਕਿਤਾਬ ਜਿੱਤਿਆ ਕਿੰਨਾ ਨੇ ਜਿੱਤਿਆ ਵਾ ਇਹ ਹਾਂਜੀ ਇਹ ਇਹ ਕਿਤਾਬ ਜਿੱਤਿਆ ਵਾ ਸਿਨੀ ਸੈਂਟੀ ਨੇ অপਸ਼ਨ ਨੰਬਰ ਏ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਤੇ ਇਸ ਦੇ ਵਿੱਚ ਪਹਿਲੀ ਰਨਰ ਆਫ ਰਹੀ ਆ ਰਾਜਸਥਾਨ ਦੀ ਰੂਬਲ ਸੇਖਾਵਤ ਤੇ ਮਿਸ ਇੰਡੀਆ ਵਰਲਡ ਵਾਈਡ ਦਾ ਕਿਤਾਬ ਕਿਸ ਨੇ ਜਿੱਤਿਆ ਸੀ ਖੁਸ਼ੀ ਪਟੇਲ ਨੇ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਕੇਸ ਨੂੰ ਹਾਲ ਹੀ ਵਿੱਚ 2022 ਦੀ ਸਭ ਤੋਂ ਪਸੰਦੀਦਾ ਕੰਮ ਵਾਲੀ ਥਾਂ ਵਜੋਂ ਮਾਨਤਾ ਦਿੱਤੀ ਗਈ ਆ ਹਾਂਜੀ 2022 ਦੀ ਸਭ ਤੋਂ ਪਸੰਦੀਦਾ ਕੰਮ ਵਾਲੀ ਥਾਂ ਵਜੋਂ ਮਾਨਤਾ ਦਿੱਤੀ ਗਈ ਆ ਐਨਟੀਪੀਸੀ ਨੂੰ ਯਾਨੀ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਨੂੰ ਹੁਣ ਅਸੀਂ ਗੱਲ ਕੀਤੀ ਹੈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੀ ਇਸ ਦੀ ਸਥਾਪਨਾ ਕਦੋਂ ਹੋਈ 1975 ਦੇ ਵਿੱਚ ਇਸ ਦਾ ਹੈੱਡ ਕੁਆਰਟਰ ਹੈ ਨਵੀਂ ਦਿੱਲੀ ਦੇ ਵਿੱਚ ਤੇ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਐਂਡ ਐਮ ਡੀ ਕੌਣ ਆ ਗੁਰਦੇਵ ਸਿੰਘ ਇਹਨਾਂ ਤੁਸੀਂ ਯਾਦ ਰੱਖਣਾ एनटीपीसी ਦੇ ਬਾਰੇ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਗ੍ਰੀਨ ਕੋ ਇੱਕ ਨਿਰੰਤਰਣ ਵਿਗਿਆਨ ਸਕੂਲ ਸਥਾਪਿਤ ਕਰਨ ਲਈ ਕੇ ਸਾਈ ਆਈਟੀ ਨਾਲ ਸਮਝੌਤਾ ਕਰੇਗਾ ਹਾਂ ਜੀ ਰੀਸੈਂਟਲੀ ਗ੍ਰੀਨ ਕੋ ਇੱਕ ਨਿਰੰਤਰ ਵਿਗਿਆਨ ਸਕੂਲ ਸਥਾਪਿਤ ਕਰਨ ਦੇ ਲਈ ਸਮਝੌਤਾ ਕਰੇਗਾ ਆਈ ਆਈਟੀ ਹਾਈਦਰਾਬਾਦ ਦੇ ਨਾਲ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਆ ਹੁਣ ਅਸੀਂ ਆਈ ਆਈਟੀ ਨਾਲ ਰਿਲੇਟਡ ਗੱਲ ਕਰ ਰਹੇ ਹਾਂ ਤਾਂ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਸੀ ਭਾਰਤੀ ਰੇਲਵੇ ਅਤੇ ਆਈਆਈਟੀ ਮਦਰਾਸ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਹਾਈਪਰਲੂਪ ਨੂੰ ਵਿਕਸਿਤ ਕਰਨ ਲਈ ਸਾਂਝੇਦਾਰੀ ਕੀਤੀ। ਆਈਆਈਟੀ ਬੰਬਈ ਨੇ ਭਾਰਤੀ ਮੌਸਮ ਵਿਭਾਗ ਨਾਲ ਸਮਝੌਤਾ ਕੀਤਾ। ਇਜ਼ਰਾਈਲ ਦੂਤਵਸ ਨੇ ਔਰਤਾਂ ਦੇ ਲਈ 6 ਹਫ਼ਤਿਆਂ ਦੇ ਸਲਾਹਕਾਰ ਪ੍ਰੋਗਰਾਮ ਦੇ ਲਈ ਆਈਆਈਟੀ ਦਿੱਲੀ ਨਾਲ ਗੱਠ ਜੋੜ ਕੀਤਾ। ਆਈਆਈਟੀ ਮਤਲਬ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ। ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਵਿੱਚ ਹਾਲ ਹੀ ਵਿੱਚ ਖੁਰਾਕ ਅਤੇ ਪੋਸ਼ਣ ਸੁਰੱਖਿਆ ਬਾਰੇ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ਆ ਹਾਂਜੀ ਭਾਰਤ ਦੇ ਵਿੱਚ ਰੀਸੈਂਟਲੀ ਖੁਰਾਕ ਅਤੇ ਪੋਸ਼ਣ ਸੁਰੱਖਿਆ ਬਾਰੇ ਕਾਨਫਰੰਸ ਆਯੋਜਿਤ ਕੀਤੀ ਗਈ ਆ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਆ ਰਾਈਟ ਆਂਸਰ ਹੁਣ ਨਵੀਂ ਦਿੱਲੀ ਦੇ ਵਿੱਚ ਕੀਤੀ ਗਈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦਿੱਲੀ ਹਾਂਜੀ ਤੁਹਾਡੇ ਲਈ ਸਟੂਡੈਂਟ ਪੁਆਇੰਟ ਆਫ 뷰 ਤੇ ਕੁਐਸ਼ਨ ਇੰਪੋਰਟੈਂਟ ਆ ਕਿ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਕਿਵੇਂ ਬਣੀ ਦੇਖੋ ਦਿੱਲੀ ਤੋਂ ਪਹਿਲਾਂ ਇੰਡੀਆ ਦੀ ਕੈਪੀਟਲ ਕੋਲਕਾਤਾ ਸੀ 1911 ਦੇ ਵਿੱਚੇ ਘੋਸ਼ਣਾ ਹੋਈ ਕਿ ਇੰਡੀਆ ਦੀ ਕੈਪੀਟਲ ਕੋਲਕਾਤਾ ਤੋਂ ਦਿੱਲੀ ਟਰਾਂਸਫਰ ਹੋਵੇਗੀ ਉਸ ਤੋਂ ਬਾਅਦ 1927 ਦੇ ਵਿੱਚ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਦਿੱਤਾ ਗਿਆ ਤੇ ਫਾਈਨਲੀ 13 ਫਰਵਰੀ 1931 ਨੂੰ ਨਿਊ ਦਿੱਲੀ ਇੰਡੀਆ ਦੀ ਕੈਪੀਟਲ ਬਣੀ ਹੁਣ ਤੁਹਾਨੂੰ ਕੁਐਸਚਨ ਇਹ ਆ ਸਕਦਾ ਕਿ ਨਵ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦੀ ਕੋਸ਼ਨਾ ਕਦੋਂ ਹੋਈ 1911 ਦੇ ਵਿੱਚ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਕਦੋਂ ਦਿੱਤਾ ਗਿਆ 1927 ਦੇ ਵਿੱਚ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਕਦੋਂ ਬਣੀ 13 ਫਰਵਰੀ 1931 ਨੂੰ ਦਿੱਲੀ ਦੇ ਚੀਫ ਮਿਨਿਸਟਰ ਕੌਣ ਨੇ ਅਰਵਿੰਦ ਕੇਜਰੀਵਾਲ ਇੱਥੋਂ ਦੇ ਲਿਊਟੇਨੈਂਟ ਗਵਰਨਰ ਕੌਣ ਨੇ ਵਿਨੇ ਕੁਮਾਰ ਸਖਸੈਣਾ ਆਈਸੀਜੀ ਦੇ 39ਵੇਂ ਕਮਾਂਡਰਾਂ ਦੇ ਸੰਮੇਲਨ ਦਾ ਉਦਘਾਟਨ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਵਿੱਚ ਕੀਤਾ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਗਿਆਨ ਸਾਂਝਾ ਕਰ ਸਮਝੌਤੇ ਤੇ ਦਸਖਤ ਕੀਤੇ ਇਹਨਾਂ ਤੁਸੀਂ ਯਾਦ ਰੱਖਣਾ ਦਿੱਲੀ ਦੇ ਬਾਰੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਂਜੀ ਇੱਥੇ ਕਿੱਥੇ ਕਿੱਥੇ ਹਾਲ ਹੀ ਵਿੱਚ ਸੰਸਦ ਨੇ ਤਨੂਜਾ ਨੈਸਰੀ ਨੂੰ ਆਯੁਰਵੇਦ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹਾਂਜੀ ਆ ਬ੍ਰਿਟੇਨ ਦੇ ਸੰਸਦ ਨੇ ਠੀਕ ਹੈ ਬ੍ਰਿਟੇਨ ਦੀ ਸੰਸਦ ਨੇ ਤਨੂਜਾ ਨੈਸਰੀ ਨੂੰ ਆਯੁਰਵੇਦ ਰਤਨ ਦੇ ਨਾਲ ਸਨਮਾਨਿਤ ਕੀਤਾ ਕਿਉਂ ਕੀਤਾ ਆਯੁਰਵੇਦ ਵਿੱਚ ਇਹਨਾਂ ਦੇ ਯੋਗਦਾਨ ਕਰਕੇ ਕੀਤਾ ਗਿਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਮਹਾਰਾਸ਼ਟਰ ਦੀ ਵਿਧਾਨ ਸਭਾ ਦੇ ਸਪੀਕਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਮਹਾਰਾਸ਼ਟਰ ਦੀ ਵਿਧਾਨ ਸਭਾ ਦੇ ਸਪੀਕਰ ਵਜੋਂ ਅਪਾਇੰਟ ਹੋਏ ਆ ਕੌਣ ਹੋਏ ਆ ਬੀਜਪੀ ਦੇ ਵਿਧਾਇਕ rahul narwikar অপশন ਨੰਬਰ B ਇਸ ਦਾ রাইਟ आंसर ਹੁਣੇ ਮਹਾਰਾਸ਼ਟਰ ਦੇ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਏਕਨਾਥ ਸਿੰਦੇ ਨਵੇਂ ਬਣਿਆ ਠੀਕ ਹੈ ਤੁਸੀਂ ਯਾਦ ਰੱਖਣਾ ਤੇ ਇੱਥੋਂ ਦੇ ਚੀਫ ਮਿਨਿਸਟਰ ਉਹਦੇ ਉਠਾਕੁਰ ਨੇ ਅਸਤੀਫਾ ਦੇ ਦਿੱਤਾ ਹੁਣ ਇੱਥੋਂ ਦੇ ਚੀਫ ਮਿਨਿਸਟਰ ਬਣਿਆ ਏਕਨਾਥ ਸ਼ਿੰਦੇ ਤੇ ਇੱਥੋਂ ਦੇ ਗਵਰਨਰ ਕੌਣ ਨੇ ਭਗਤ ਸਿੰਘ ਕੋਸ਼ਿਆਰੇ ਮਹਾਰਾਸ਼ਟਰ ਦੇ ਵਿੱਚ ਗੋਗੂਮਲ ਨੈਸ਼ਨਲ ਪਾਰਕ ਆ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਨਵੇਂ گاਉ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਦੇ ਵਿੱਚ ਲੋਨਾਰ ਝੀਲ ਆ ਉਜਾਨੀ ਡੈਮ ਆ ਜੈਕਵਾੜੀ ਡੈਮ ਆ ਕੋਈ ਨਾ ਡੈਮ ਆ ਮਹਾਰਾਸ਼ਟਰ ਦੀ ਹਿਸਟਰੀ ਦੇ ਬੇਸਡ ਇੱਕ ਬੁੱਕ ਲਿਖੀ ਗਈ ਸੀ ਜਿਸ ਦਾ ਨਾਮ ਆ ਸ਼ਿਵਾਜੀ ਇਨ ਸਾਊਥ ਬਲੌਕ ਦਾ ਅਨਰੀਟੇਨ ਹਿਸਟਰੀ ਆਫ ਪ੍ਰਾਊਡ ਪੀਪਲ ਇਹ ਬੁੱਕ ਗਿਰੀਸ਼ ਕੁਵੀਰ ਨੇ ਲਿਖੀ ਆ ਭਾਰਤ ਦਾ ਪਹਿਲਾ ਖੇਤੀ ਨਿਰਜਾਤ ਸੁਵਿਧਾ ਕੇਂਦਰ ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਖੁੱਲਿਆ ਮਾਈਗ੍ਰੇਸ਼ਨ ਟਰੈਕਿੰਗ ਐਪ ਵਿਕਸਿਤ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਮਹਾਰਾਸ਼ਟਰ ਵਿੱਚ ਭਾਰਤ ਦੇ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਭਾਰਤ ਵਿੱਚ ਮੂਗਫੀ ਦੇ ਉਤਪਾਦਨ ਦੇ ਵਿੱਚ ਸਭ ਤੋਂ ਵੱਧ ਮਹਾਰਾਸ਼ਟਰ ਰਾ ਸਭ ਤੋਂ ਅੱਗੇ ਮਹਾਰਾਸ਼ਟਰ ਰਾ ਠੀਕ ਹੈ ਆ ਰੀਸੈਂਟਲੀ ਇਕੁਇਟਾ ਸਮਾਲ ਫਾਈਨੈਂਸ ਬੈਂਕ ਨੇ ਮਹਾਰਾਸ਼ਟਰ ਰਾ ਸਰਕਾਰ ਨਾਲ ਭਾਈਵਾਲੀ ਕੀਤੀ ਮਹਾਰਾਸ਼ਟਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ ਤੇ ਮਹਾਰਾਸ਼ਟਰ ਦੇ ਵਿੱਚ ਪੂਨੇ ਸਟੇਡੀਅਮ ਦਾ ਨਾਮ ਬਦਲ ਕੇ ਨੀਰਜ ਚੋਪੜਾ ਦੇ ਨਾਮ ਤੇ ਰੱਖਿਆ ਗਿਆ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਹਾਂਜੀ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੇ ਨਾਲ ਰਿਲੇਟਿਡ ਕੋਈ ਵੀ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਕਰੰਟ ਅਫੇਅਰ ਹਮੇਸ਼ਾ ਹੀ ਸੈਂਟਰ ਲੈਵਲ ਦੀ ਪੁੱਛੀ ਜਾਂਦੀ ਹੈ ਤੇ ਕਰੰਟ ਅਫੇਅਰ ਤੁਹਾਡੇ ਲਈ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਦੇਖੋ ਸਭ ਤੋਂ ਮੇਨ ਪਾਰਟ ਹੁੰਦਾ ਲੈਂਥੀ ਪਾਰਟ ਹੁੰਦਾ ਜੀਕੇ ਦਾ ਜੇਕਰ ਤੁਸੀਂ ਜੀਕੇ ਦੇ ਵਿੱਚ ਪੂਰੀ ਤਰ੍ਹਾਂ ਪ੍ਰਪੇਅਰ ਆ ਤਾਂ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ एग्जाम ਕਲੀਅਰ ਕਰਨ ਤੋਂ ਠੀਕ ਹੈ ਤੇ ਜੀਕੇ ਦੇ ਵਿੱਚ ਮੇਨ ਪਾਰਟ ਆਉਂਦਾ ਵਾ ਕਰੰਟ ਅਫੇਅਰ ਦਾ ਕਰੰਟ ਅਫੇਅਰ ਹਮੇਸ਼ਾ ਹੀ 10 ਤੋਂ 15 ਪੇਪਰ ਦੀ ਲੈਂਥ ਦੇ ਅਕੋਰਡਿੰਗ ਪੁੱਛੀ ਜਾਂਦੀ ਹੈ ਜਿੰਨੀ ਉਸ ਦੇ ਵਿੱਚ ਕੁਐਸਚਨਸ ਦੀ ਲੈਂਥ ਹੋਵੇਗੀ ਜੇਕਰ 60 ਮਾਰਕਸ ਦੀ ਤੁਹਾਨੂੰ ਮੰਨ ਕੇ ਚਲੋ 60 ਮਾਰਕਸ ਦੀ ਕਰੰਟ ਜੀਕੇ ਆ ਤਾਂ ਉਸ ਦੇ ਵਿੱਚ ਬੀ ਨੰਬਰ ਦੇ ਕੁਐਸਚਨ ਪੱਕਾ ਹੀ ਕਰੰਟ ਅਫੇਅਰ ਦੇ ਹੋਣਗੇ ਤੇ ਉਨੇ ਹੀ ਟਫ ਬਣੂਗਾ ਪੇਪਰ ਤੁਹਾਡੇ ਲਈ ਇਸ ਕਰਕੇ ਕਰੰਟ ਫੇਰ ਨੂੰ ਡੇਲੀ 15 ਮਿੰਟ ਜ਼ਰੂਰ ਦਿਓ ਜਿਹੜੇ ਸਟੂਡੈਂਟ افਸੀਆਈ ਦੇ ਐਗਜ਼ਾਮ ਦੇਣ ਵਾਲੇ ਆ ਉਹ ਨਾਲ ਦੀ ਨਾਲ ਪਿਛਲੇ ਮਹੀਨਿਆਂ ਦੀਆਂ ਕਰੰਟ ਅਫੇਅਰਸ ਜੋ મે ਕਰਵਾਈਆਂ ਮੈਂ ਰਿਵਾਈਜ਼ ਕਰਨੀਆਂ ਸ਼ੁਰੂ ਕਰ ਦੋ ਤੁਹਾਡੇ ਲਈ ਕਿੰਨਾ ਜ਼ਿਆਦਾ ਮਤਲਬ ਵਧੀਆ ਮੌਕਾ ਵਾ ਇੱਕ ਇਸ ਤਰ੍ਹਾਂ ਦਾ ਕਹਿ ਸਕਦੇ ਆਂ ਅਸੀਂ 8th بیس ਪੇਪਰ ਆ ਇਹ ਦੇਖ ਲਓ ਤੇ ਜਿਹੜੇ ਵੀ ਸਟੂਡੈਂਟ 8th ਤੱਕ ਪੜ੍ਹੇ ਹੋਏ ਆ ਜਿਨ੍ਹਾਂ ਦੇ ਲਈ ਇਹੀ ਲਾਸਟ ਚਾਂਸ ਆ ਬਹੁਤ ਸਾਰੇ ਕਮੈਂਟ ਆਉਂਦੇ ਆ ਦੱਸਦੇ ਆ ਉਹ ਤਾਂ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਕਰੰਟ ਅਫੇਅਰ ਜ਼ਰੂਰ ਦੇਖੋ ਪਿਛਲੇ ਮਹੀਨਿਆਂ ਦੀ ਵੀ ਜਿੰਨਾ ਹੋ ਸਕਦਾ ਦੇਖੋ ਠੀਕ ਹੈ ਜਨਵਰੀ ਤੋਂ ਲੈ ਕੇ 2021 ਦੀ ਕਰੰਟ ਅਫੇਅਰ ਜ਼ਰੂਰ ਦੇਖੋ ਇਸ ਤੋਂ ਇਲਾਵਾ ਬੈਸ ਤਾਂ ਤੁਹਾਨੂੰ ਕਰੰਟ ਅਫੇਅਰ ਉਦੋਂ ਤੋਂ ਹੀ ਦੇਖਣੀ ਚਾਹੀਦੀ ਹੈ ਜਦੋਂ ਤੋਂ ਤੁਸੀਂ ਇਹ ਪੇਪਰ ਫਿਲ ਕੀਤਾ ਵਾ ਠੀਕ ਹੈ ਉਦੋਂ ਤੱਕ ਦੀ ਕਰੰਟ ਅਫੇਅਰ ਤੇ ਹੁਣ ਤੱਕ ਦੀ ਕਰੰਟ ਅਫੇਅਰ ਤੁਹਾਡੇ ਲਈ ਇੰਪੋਰਟੈਂਟ ਆ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਥੈਂਕਸ ਫੋਰ ਵਾਚਿੰਗ